ਦਿਲ ਵਿੱਚ ਉਮੀਦਾਂ ਦਾ ਚਿਰਾਗ ਜਲਾ ਕੇ ਨੈਣਾਂ ਵਿੱਚ ਸੰਗੀਤ ਦਾ ਖੁਆਬ ਸਜਾ ਕੇ ਜਿਹੜੇ ਕਲਾਕਾਰ ਕਰਦੇ ਨੇ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ ਉਹਨਾਂ ਨਾਲ ਮੈਂ ਯਾਨੀ ਤੁਹਾਡਾ ਸਾਹਿਬ ਕਰਵਾਨਾ ਹਾਂ ਇਸ ਸ਼ੋਅ ਦੇ ਵਿੱਚ ਪੁਲਾਕਾਰ ਨਾਮ ਹੈ ਜਸਦਾ ਫਰਸਟ ਲੁੱਕ ਦੋਸਤੋ ਅੱਜ ਸਾਡੇ ਸ਼ੋਅ ਦੇ ਵਿੱਚ ਮਹਿਮਾਨ ਹੈ ਲੁਧਿਆਣੇ ਸ਼ਹਿਰ ਦਾ ਉਹ ਗੱਬਰੂ ਜੋ ਸੂਰਤ ਤੇ سیرਤ ਦੇ ਨਾਂ ਨਾਲ ਗਾਇਕ ਵੀ ਹੈ ਕਮਾਲ ਜਿਸ ਦੇ ਰੋਮਾਂਟਿਕ ਗੀਤਾਂ ਨੂੰ ਸੁਣ ਕੇ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਧੜਕਦੇ ਨੇ ਦਿਲ ਜੀ ਹਾਂ ਦੋਸਤੋ ਉਹ ਹੈ ਪ੍ਰਭ ਗਿਲ ਸਤਿ ਸ਼੍ਰੀ ਅਕਾਲ ਪ੍ਰਭ ਗਿਲ ਜੀ ਕਸਾ ਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਸਟ ਟੂਕ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਪ੍ਰਭ ਗਿਲਜੀ ਤੁਸੀਂ ਇੱਕ ਜੱਟ ਫੈਮਲੀ ਨੂੰ ਬਿਲੋਂਗ ਕਰਦੇ ਹੋ ਇੱਕ ਇਹੋ ਜਿਹੀ ਫੈਮਲੀ ਜਿਸ ਦੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਜੀ ਜੀ ਤੁਹਾਡੀ ਫੈਮਲੀ ਵੀ ਖੇਤੀਬਾੜੀ ਫੈਮਲੀ ਨੂੰ ਬਿਲੋਂਗ ਕਰਦੀ ਹੈ ਜੀ ਬਿਲਕੁਲ ਖੇਤੀਬਾੜੀ ਕਰਨ ਲੱਗਿਆ ਕਈ ਫੜਨ ਵਾਲੇ ਹੱਥ ਮਾਈਕ ਵੱਲ ਚਲੇ ਗਏ ਮਾਈਕ ਫੜ ਲਿਆ ਇਹ ਕਿਸ ਤਰ੍ਹਾਂ ਪੋਸੀਬਲ ਹੋਇਆ ਕਰਚ ਮਾਹੌਲ ਉਦਾਂ ਦਾ ਹੋਣ ਕਰਕੇ ਡੈਡ ਹੋਣਾ ਦਾ ਥੋੜਾ ਜਿਹਾ ਵਧੀਆ ਕਲਾਸਿਕਲ میوزਿਕ ਉਸ ਸ਼ੌਕੀਨ ਨੇ ਸੁਣਨ ਦੇ ਅੱਛਾ ਜੀ ਸੋ ਥੋੜਾ ਜਿਹਾ ਉਦਾਂ ਦਾ ਮਾਹੌਲ ਸੀ ਘਰ ਦੇ ਵਿੱਚ ਨੂਸਤ ਸਾਹਿਬ ਦੀਆਂ ਗੁਲਾਮ ਅਲੀ ਸਾਹਿਬ ਦੀਆਂ ਮੋਸਟਲੀ ਪਾਕਿਸਤਾਨੀ میوزਿਕ ਦੀਆਂ ਮੋਸਟਲੀ ਐਲਬम्स ਕਿਹੜਾ ਉਦੋਂ ਬਹੁਤ ਰਹਿੰਦੀਆਂ ਸੀ ਸੋ ਉਹਨਾਂ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਇੰਟਰਸਟ ਜਿਹੜਾ ਉਹ ਵਧਦਾ ਗਿਆ ਹੌਲੀ ਹੌਲੀ ਕੀ ਬਾਤ ਹੈ ਜੀ ਤੇ ਜਿੱਦਾਂ ਡੈਡ ਨੂੰ ਪਤਾ ਲੱਗਾ ਕਿ ਮੈਂ ਥੋੜਾ ਬਹੁਤਾ ਗਾ ਲੈਣਾ ਅੱਛਾ ਜੀ ਤਾਂ ਡੈਡ ਨੇ ਮੈਨੂੰ ਮੇਰੇ ਉਸਤਾਦ ਸ਼੍ਰੀ ਸੀ ਐਲ ਪੱਲਾ ਜੀ ਲੁਧਿਆਣਾ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ 뮤ਜ਼ਿਕ ডিপਾਰਟਮੈਂਟ ਦੇ ਹੈਡ ਰਾਇ ਨੇ ਹੋ ਮੈਨੂੰ ਉਹਨਾਂ ਕੋਲ ਲੈ ਕੇ ਗਏ ਉਹ ਟੂ ਵੈਰੀ ਫਸਟ ਡੇ ਮੈਂ ਬਹੁਤ ਮਤਲਬ ਭੱਜ ਰਿਹਾ ਸੀ 뮤ਜ਼ਿਕ ਸਿੱਖਣ ਤੋਂ ਇੱਕਦਾਰਾਂ ਦਾ ਰੋ ਰਿਹਾ ਸੀ ਮੈਂ ਨੌਵੀਂ ਨੌਵੀਂ ਦਸਵੀਂ ਦੇ ਵਿੱਚ ਸੀਗਾ ਅੱਛਾ ਜੀ ਮੈਨੂੰ ਮਤਲਬ ਮੈਂ ਭੱਜ ਰਿਹਾ ਸੀ ਕਿ ਮੈਂ ਨਹੀਂ ਮੈਂ ਨਹੀਂ ਗਾਉਣਾ ਪੀ ਡੈਡੀ ਪਲੀਜ਼ ਮੈਨੂੰ ਨਾਲ ਲੈ ਕੇ ਜਾਓ ਪਰ ਹੌਲੀ ਹੌਲੀ ਇੰਟਰਸਟ ਬਣਿਆ ਬਣਦਾ 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 ਫਿਰ ਤੁਹਾਡੇ ਫਾਦਰ ਸਾਹਿਬ ਦਾ ਵੀ ਲਾਈਫ ਦੇ ਵਿੱਚ ਇਹੋ ਜਿਹਾ ਮਤਲਬ ਕਿ ਸਿਚੁਏਸ਼ਨ ਆਈ ਉਹ ਵੀ ਸਿੰਗਿੰਗ ਕਰਨਾ ਚਾਹੁੰਦੇ ਸੀ ਸਿੰਗਿੰਗ ਤਾਂ ਨਹੀਂ ਪਰ ਉਹ ਡਰਾਮਾ ਆਰਟਿਸਟ ਰਹੇ ਨੇ ਪੁਰਾਣੇ ਤੇ ਇਸ ਕਰਕੇ ਉਹਨਾਂ ਦਾ ਥੋੜਾ ਜਿਹਾ ਇੰਟਰਸਟ ਸੀਗਾ ਇਸ ਫੀਲਡ ਦੇ ਵਿੱਚ ਜਿਆਦਾ ਸਪੈਸ਼ਲੀ ਮੈਨੂੰ ਇਨਕਰੇਜ ਕਰਨ ਦੇ ਵਿੱਚ ਤੋਂ ਉਹਨਾਂ ਦੀ ਬਹੁਤ ਮੈਨੂੰ ਇੱਕ ਗੱਲ ਯਾਦ ਆ ਕਿ ਮੇਰੇ ਵੱਡੇ ਬ੍ਰਦਰ ਨੂੰ 2000 ਸਾਲ ਦੇ ਵਿੱਚ ਉਹਨਾਂ ਨੇ ਬਾਈਕ ਲੈ ਕੇ ਦਿੱਤਾ ਤੇ ਮੈਨੂੰ ਪੁੱਛਿਆ ਗਿਆ ਵੀ ਮੈਂ ਵੀ ਬਾਈਕ ਦੇ ਮਗਰ ਨੈਚਰਲੀ ਉਦੋਂ ਉਮਰ ਹੁੰਦੀ ਆ ਮੈਨੂੰ ਵੀ ਸੀਗਾ ਪੀ ਭਜਾਉਣ ਭਜੂਣ ਵਾਲਾ ਫਿਰ ਮੈਨੂੰ ਯਾਦ ਆ ਡੈਡ ਨੇ ਮੇਰੇ ਲਈ ਬਾਈਕ ਛੱਡ ਕੇ ਮੈਨੂੰ ਇੱਕ ਬਹੁਤ ਮਹਿੰਗਾ ਤੇ ਵਧੀਆ ਹਰਮੋਨੀਅਮ ਲੈ ਕੇ ਦਿੱਤਾ ਸੀ ਕਿ ਤੂੰ ਬਾਈਕ ਬੋਇਕ ਤਾਂ ਚਲੋ ਇੱਕ ਨਾਲ ਵੀ ਸਾਰ ਲਵਾਂਗੇ ਪਰ ਜਿਹੜਾ ਇਹ ਸੀ ਥੋੜਾ ਇੰਟਰਸਟ ਬਣਾ ਕੇ ਰੱਖਦੀ ਅੱਜ ਵੀ ਮੇਰੇ ਕੋਲੋਂ ਮੇਰਾ ਹਰਮੋਨੀਅਮ ਤੇ ਉਹ ਬਹੁਤ ਕਮਾਲ ਦੀ ਚੀਜ਼ ਆ ਤੇ ਉਸ ਚੀਜ਼ ਨੇ ਮੈਨੂੰ ਬਹੁਤ ਇੰਟਰਸਟ ਬਣਾਇਆ ਮੈਨੂੰ ਪਰ ਜਦੋਂ ਹਰਮੋਨੀਅਮ ਲੈ ਕੇ ਦਿੱਤਾ ਜੀ ਤੁਸੀਂ ਤਾਂ ਨਹੀਂ ਸੋਚਿਆ ਸੀ ਕਿ ਯਾਰ ਮੈਨੂੰ ਬਾਈਕ ਲੈ ਕੇ ਦੇਣੀ ਸੀ ਯਾਰ ਹਾਰਮੋਨੀਅਮ ਉਦੋਂ ਕੀ ਸੀ ਉਦੋਂ ਤੱਕ ਇੰਟਰਸਟ ਬਣ ਚੁੱਕਾ ਸੀ ਉਦੋਂ ਤੱਕ ਇੰਟਰਸਟ ਬਣ ਚੁੱਕਾ ਸੀ ਐਕਚੁਅਲੀ ਇਹ ਜਿਹੜਾ 뮤ਜ਼ਿਕ ਜਦੋਂ ਤੁਸੀਂ ਸਿੱਖਣਾ ਸ਼ੁਰੂ ਕਰਦੇ ਹੋ ਥੋੜਾ ਟਾਈਮ ਤੁਹਾਨੂੰ ਥੋੜਾ ਜਿਹਾ ਤੁਹਾਨੂੰ ਭਜਾਉਂਦਾ ਵੀ ਆ ਬਿਲਕੁਲ ਜੀ ਬਿਲਕੁਲ ਥੋੜਾ ਜਦੋਂ ਰਾਗਦਾਰੀ ਸਿੱਖਦੇ ਹੋ ਤੁਸੀਂ ਥੋੜਾ ਲਾਈਟ ਕਲਾਸਿਕਲ 뮤జిక్ ਸਿੱਖਦੇ ਹੋ ਤੁਸੀਂ ਥੋੜਾ ਜਿਆ ਉਹ ਤੋਂ ਬੋਰ ਵੀ ਹੁੰਨੇ ਹੋ बिकॉज ਉਹ ਸੁਸਤ ਜਿਹਾ ਮਾਹੌਲ ਹੁੰਦਾ ਪਰ ਉਹਦਾ ਆਉਟਪੁੱਟ ਕੀ ਆਉਣੀ ਹੈ ਐਟ ਦਿ ਐਂਡ ਥੋੜੇ ਟਾਈਮ ਬਾਅਦ ਉਹ ਜਦੋਂ ਪਤਾ ਲੱਗਦੀ ਆ ਤਾਂ ਉਦੋਂ ਫਿਰ ਬਹੁਤ ਜ਼ਿਆਦਾ ਮਜ਼ਾ ਵੀ ਆਉਣ ਲੱਗਦਾ ਸੋ ਉਦੋਂ ਥੋੜਾ ਜਿਆ ਇੰਟਰਸਟ ਵੀ ਬਣਿਆ ਹੋਇਆ ਸੀ ਪਰ ਕਿਤੇ ਕਿਤੇ ਇਦਾਂ ਵੀ ਲੱਗਦਾ ਸੀ ਵੀ ਯਾਰ ਕੀ ਕਰਨ ਲੱਗੇ ਆ ਉਹ ਕੋਈ ਇਹੋ ਜਿਹਾ ਮੂਮੈਂਟ ਜੋ ਸਾਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਜਦੋਂ ਕਦੀ ਤੁਹਾਡੇ ਫਾਜ਼ਲ ਸਾਹਿਬ ਇਮੋਸ਼ਨਲ ਹੋਏ ਹੋਣ ਜਾਂ ਫ ਜੋ ਮੈਂ ਚਾਹੁੰਦਾ ਸੀ ਹੋ ਗਿਆ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇਦਾਂ ਦੀਆਂ ਸਪੈਸ਼ਲੀ ਜਦੋਂ ਤੁਸੀਂ ਮਤਲਬ ਡੈਡ ਹੋਣੀ ਜਿਨ੍ਹਾਂ ਨੂੰ ਸੁਣਦੇ ਨੇ ਮਤਲਬ ਗੁਰਦਾਸ ਮਨ ਪਾਜੀ ਜਾਂ ਹੋਰ ਇਦਾਂ ਦੇ ਸੀਨੀਅਰ ਆਰਟਿਸਟਸ ਜਦੋਂ ਡੈਡ ਨੂੰ ਜਾ ਕੇ ਦੱਸੀਦਾ ਕਿ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਾਂ ਉਹਨਾਂ ਲਈ ਮੈਂ ਪਿੱਛੇ ਦੇ ਗੁਰਦਾਸ ਮਨ ਸਾਹਿਬ ਲਈ ਮੈਨੂੰ ਸਟੇਜ ਤੇ ਕੁਝ ਬੋਲਣ ਦਾ ਮੌਕਾ ਮਿਲਿਆ ਵਾਹ ਜੀ ਉਹ ਬਹੁਤ ਪ੍ਰਾਊਡ ਫੀਲ ਕਰਦੇ ਨੇ ਨੇਚਰਲੀ ਜਦੋਂ ਮੇਰਾ ਨਾਮ ਲੈ ਕੇ ਉਹਨਾਂ ਨੂੰ ਲੋਕ ਮਿਲਦੇ ਨੇ ਜਾਂ ਮੈਨੂੰ ਖੁਦ ਨੂੰ ਇਦਾਂ ਫੀਲ ਹੁੰਦਾ ਕਿ ਜਦੋਂ ਇੱਕ ਬੱਚੇ ਦੇ ਨਾਮ ਤੋਂ ਇੱਕ ਪੇਰੈਂਟਸ ਨੂੰ ਜਾਣਿਆ ਜਾਂਦਾ ਜਾਂ ਪਛਾਣਿਆ ਜਾਂਦਾ ਤਾਂ ਉਹ ਆਪਣੇ ਆਪ 'ਚ ਇੱਕ ਪੇਰੈਂਟਸ ਦੇ ਲਈ ਬੱਚੇ ਨਾਲੋਂ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੁੰਦੀ ਹੈ ਵਾਹ ਵਾਹ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਰਦੇ ਹੋਣਗੇ ਤੇ ਕਰਦੇ ਵੀ ਨੇ ਪਤਾ ਲੱਗਦਾ ਕਿ ਤੁਸੀਂ 뮤직 ਦੇ ਵਿੱਚ ਡਿਗਰੀ ਵੀ ਲਿਤੀ ਹੈ ਜੀ ਹਾਂ ਜੀ ਮੈਂ ਪਚੀਨ ਕਲਾ ਕੇਂਦਰ ਚੰਡੀਗੜ੍ਹ ਯੂਨੀਵਰਸਿਟੀ ਤੋਂ ਮੈਂ ਬੀਏ ਮਿਊਜ਼ਿਕ ਦੀ ਕੀਤੀ ਹੈ ਕੀ ਬਾਤ ਹੈ ਤੁਹਾਡੀ ਲਾਈਫ ਦੇ ਵਿੱਚ ਉਹੀ ਗੁਰੂ ਰਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਤੁਹਾਨੂੰ ਸੰਗੀਤ ਦੀ تعلیم ਦਿੱਤੀ ਜੀ ਹਾਂ ਜੀ ਬਿਲਕੁਲ ਮੈਂ ਉਹਨਾਂ ਤੋਂ ਹੀ ਸਿੱਖਿਆ ਆ ਬਾਕੀ ਜਿਹੜੀਆਂ ਗੋਣ ਗਾਣੇ ਇੱਕ ਵਾਰੀ ਨਾਮ ਦੱਸੋਗੇ ਉਹਨਾਂ ਦੇ ਜੀ ਉਹਨਾਂ ਦਾ ਨਾਮ ਸੀ ਐਲ ਪੱਲਾ ਜੀ ਹੈ ਚਮਨ ਲਾਲ ਪੱਲਾ ਜੀ ਨੇ ਹੋ ਰਾਈਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉਹਨਾਂ ਨੇ ਇੰਟਰਸਟ ਬਣਾਇਆ ਜ਼ਿਆਦਾ ਮਿਊਜ਼ਿਕ ਦੇ ਵਿੱਚ ਹਮ ਹਮ ਸੋ ਹੌਲੀ ਹੌਲੀ ਪਰ ਜਿਹੜੀ ਹੁਣ ਕੰਪੋਜੀਸ਼ਨਸ ਜਾਂ ਗਾਣੇ ਜਾਂ एवरीथिंग ਹੁਣ ਮੋਸਟਲੀ ਮੇਰੇ ਆਪਣੇ ਹੁੰਦੇ ਨੇ ਸਪੈਸ਼ਲੀ ਕੰਪੋਜੀਸ਼ਨਸ ਮੈਂ ਆਪਣੀ ਉੱਤੇ ਆ ਕਰਦਾ ਹੁੰਦਾ ਪਰ ਸਿੱਖਿਆ ਉਹਨਾਂ ਤੋਂ ਹੀ ਹੋਇਆ ਮੈਂ ਪ੍ਰਭ ਗਿਲ ਜੀ ਉਹ ਕਿਹੜਾ ਗਾਣਾ ਸੀਗਾ ਉਹ ਕਿਹੜਾ ਗੀਤ ਸੀਗਾ ਜਿਸ ਨੂੰ ਤੁਸੀਂ ਸਭ ਤੋਂ ਪਹਿਲਾਂ ਰਿਕਾਰਡ ਕੀਤਾ ਅਕਤੂਬਰ 2009 ਨੂੰ ਮੈਂ ਪਹਿਲੀ ਵਾਰ ਆਪਣਾ YouTube ਤੇ ਗਾਣਾ ਪਾਇਆ ਸੀ ਇੱਕ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਨਹੀਂ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ ਸੋ ਉਸ ਤੋਂ ਬਾਅਦ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆਇਆ ਉਸ ਗਾਣੇ ਦੇ ਇੱਕ ਵੈਬਸਾਈਟ ਤੋਂ ਇੱਕ ਦਿਨ ਦੇ ਵਿੱਚ ਮੇਰੇ ਖਿਆਲ ਨੀਅਰ ਅਬਾਊਟ 800 900 ਡਾਊਨਲੋਡ ਸੀਗੇ ਸੋ ਹੌਲੀ ਹੌਲੀ ਫੇਸਬੁੱਕ ਤੇ ਲੋਕਾਂ ਦਾ ਵਧੀਆ ਪਿਆਰ ਕਰ ਦੇਣਾ ਸ਼ੁਰੂ ਕਰਤਾ ਫਿਰ ਮਹੀਨੇ ਡੇਢ ਮਹੀਨੇ ਬਾਅਦ ਮੈਂ YouTube ਤੇ ਕੰਮ ਕਰਨਾ ਸ਼ੁਰੂ ਕਰਤਾ ਮਤਲਬ ਮੈਂ ਸਾਲ ਦੇ ਵਿੱਚ 6-7 ਗਾਣੇ YouTube ਤੇ ਆਪਣੇ YouTube ਚੈਨਲ ਤੇ ਪਾਉਂਦਾ ਹੁੰਦਾ ਸੀ ਪ੍ਰਭ ਗਿਲਜੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀ ਲਾਈਫ ਦੇ ਵਿੱਚ YouTube ਦਾ ਬੜਾ ਵੱਡਾ ਰੋਲ ਰਿਹਾ ਤੁਹਾਨੂੰ ਸக்ஸੈਸ ਕਰਨ ਦੇ ਲਈ ਜੀ ਬਿਲਕੁਲ ਨੇਚਰਲੀ ਮੇਰਾ ਪਹਿਲਾ ਗਾਣਾ ਉੱਥੇ ਸੀ ਉਥੋਂ ਹੌਲੀ ਹੌਲੀ ਲੋਕ ਜੁੜਨੇ ਸ਼ੁਰੂ ਹੋਏ 2012 ਦੇ ਵਿੱਚ ਮੇਰੀ ਐਲਬਮ ਆਈ ਐਂਡਲੈਸ ਡਿਸੰਬਰ 2012 ਦੇ ਵਿੱਚ ਉਦੋਂ ਤੱਕ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਉਦੋਂ ਤੱਕ ਵਧੀਆ ਕੰਮ ਕੀਤਾ ਉਦੋਂ ਤੱਕ ਮਤਲਬ ਪਸੰਦ ਆਉਣ ਵਾਲਾ ਕੰਮ ਕੀਤਾ ਸਾਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਸਟੇਜ ਪਰਫਾਰਮੈਂਸ ਵੀ ਦੇਨੇ ਹੋ ਜੀ ਬਿਲਕੁਲ ਉਹ ਕਿਹੜਾ ਮੌਕਾ ਸੀਗਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਸਟੇਜ ਦੇ ਵਿੱਚ ਪਰਫਾਰਮ ਕੀਤਾ ਸਟੇਜ ਦੇ ਉੱਤੇ ਪਰਫਾਰਮ ਕੀਤਾ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉੱਥੇ ਐਗਰੀਕਲਚਰ ਡਿਪਾਰਟਮੈਂਟ ਦਾ ਯੂਥ ਫੈਸਟੀਵਲ ਹੁੰਦਾ ਹੁੰਦਾ ਮੈਂ ਬਹੁਤ ਮਤਲਬ ਸਟੇਜਸ ਤੋਂ ਪਹਿਲਾਂ ਮਤਲਬ ਬਹੁਤ ਭੱਜਦੇ ਹੁੰਦੇ ਸੀ ਡਰ ਲੱਗਦਾ ਹੁੰਦਾ ਸੀ ਕਿ ਕਿੱਦਾਂ ਖੜਾਂਗੇ ਜਾ ਕੇ ਕਿੱਦਾਂ ਕੀ ਕਵਾਂਗੇ ਹਨਾ ਪਰ ਹੌਲੀ ਹੌਲੀ ਬੱਸ ਯਾਰਾਂ ਦੋਸਤਾਂ ਨੇ ਮੈਨੂੰ ਪੰਪ ਦੇ ਦੇ ਕੇ ਚੱਲ ਬਈ ਤੂਦ ਉਦੋਂ ਹੋਸਟਲ ਗਾਣਾ ਬਹੁਤ ਹਿੱਟ ਹੋਇਆ ਸੀ ਮਾ ਤੁਹਾਡਾ ਇੱਕ ਹੋਸਟਲ ਸੀ ਇੱਕ ਸੀਗਾ ਆਪਣਾ ਇੱਕ ਵਾਰੀ ਹਾਂ ਕਰਦੇ ਸੋਹਣੇ ਤੇ ਇਹਨਾਂ ਦੇ ਵਿੱਚੋਂ ਵੀ ਸਾਨੂੰ ਇੱਕ ਗਾਣਾ ਸੁਣਾ ਦਿਓ ਤੁਸੀਂ ਕਿਹੜਾ ਸੁਣਾਣਾ ਪਸੰਦ ਕਰੋਗੇ ਜੀ ਉਹ ਮੈਂ ਇੱਕ ਵਾਰੀ ਹਾਂ ਕਰਦੇ ਮੇਰਾ ਗਾਣਾ ਬਹੁਤ ਫੇਮਸ ਹੋਇਆ ਸੀ ਮੈਨੂੰ ਲਾਈ ਨਾ ਕੋਈ ਲਹਾਰ ਐਵੇਂ ਰੱਖੀ ਨਾ ਕੋਹਾਰਾ ਪਾਵੇਂ ਨਾ ਕਰਦੇ ਉਹ ਦਿਲ ਕੱਢ ਕੇ ਤਲੀ ਦੇ ਉੱਤੇ ਰੱਖ ਦੂੰ ਨੇ ਇੱਕ ਵਾਰੀ ਹਾਂ ਕਰ ਦੇ ਕੀ ਬਾਤ ਹੈ ਜੀ ਕੀ ਬਾਤ ਹੈ ਪ੍ਰਭ ਗਿਲ ਜੀ ਅਨਸੀ ਤੁਹਾਡੀ ਐਲਬਮ ਦੇ ਬਾਰੇ ਵੀ ਗੱਲਾਂ ਕਰਾਂਗੇ ਪਰ ਵੇਲਾ ਹੋ ਗਿਆ ਜੀ ਬ੍ਰੇਕ ਦਾ ਦਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਰਸਟ ਲੁੱਕ ਦੇ ਵਿੱਚ ਗੱਲ ਕਰ ਰਹੇ ਹਾਂ ਪ੍ਰਭ ਗਿਲ ਜੀ ਦੇ ਨਾਲ ਪ੍ਰਭ ਗਿਲ ਜੀ ਤੁਹਾਡੀ ਐਲਬਮ ਤੋਂ ਪਹਿਲਾਂ ਇੱਕ ਗੱਲ ਆਪਾਂ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਕਿ ਜੋ ਤੁਹਾਡੇ 뮤ਜ਼ਿਕ ਲਵਰਸ ਨੇ ਜੋ ਤੁਹਾਡੇ ਫੈਨਸ ਨੇ ਉਹਨਾਂ ਨੇ ਤੁਹਾਨੂੰ ਇੱਕ ਨਾਮ ਦੇ ਦਿੱਤਾ ਹੈ ਰੋਮਾਂਟਿਕ ਸਿੰਗਰ ਇਹ ਟੈਗ ਦੇ ਬਾਰੇ ਕੀ ਕਿਹਾ ਜਾਊਗਾ ਸ਼ੁਰੂ ਤੋਂ ਮੋਸਟਲੀ ਜਿਹੜੇ ਅਨਪਲੱਗਡ Song ਸੀਗੇ ਉਹ ਮੋਸਟਲੀ ਰੋਮਾਂਟਿਕ ਹੁੰਦੇ ਸੀ ਮੈਨੂੰ ਖੁਦ ਨੂੰ ਥੋੜਾ ਜਿਹਾ ਪੋਜ਼ਿਟਿਵ ਲਵ ਵਾਲੇ ਗਾਣੇ ਗਾਉਣੇ ਜ਼ਿਆਦਾ ਵਧੀਆ ਲੱਗਦੇ ਆ ਵਾਲੇ ਸੈਡ ਨਾ ਹੋਣ ਵਾਲੇ ਡਿਪਰੈਸ਼ਨ ਜਿਹੇ ਵਾਲੇ ਨਾ ਹੋਣ ਸੋ ਉਦੋਂ ਤੋਂ ਜਿੱਦਾਂ ਸਪੈਸ਼ਲੀ ਯੰਗਸਟਰਸ ਨਾਲ ਜੁੜੇ ਹੋਏ ਨੇ ਹਨਾ ਤੇ ਮਤਲਬ ਥੋੜੇ ਜਿਹੇ ਪ੍ਰਪੋਜ਼ਲ ਸੌਂਗਸ ਹੁੰਦੇ ਨੇ ਕੁਛ ਓਦਾਂ ਦੇ ਸੋ ਇੱਕ ਰੋਮਾਂਟਿਕ ਵਾਲਾ ਵਾਕਿਆ ਤੁਹਾਡੀ ਗੱਲ ਸਹੀ ਆ ਇੱਕ ਲੱਗਾ ਹੋਇਆ ਹੁਣ ਤਾਂ ਚਲੋ ਹਰ ਇੱਕ ਤਰ੍ਹਾਂ ਦਾ ਗਾਣਾ ਮਤਲਬ ਮੇਰੀ ਕੋਸ਼ਿਸ਼ ਹੁੰਦੀ ਆ ਕਿ ਗਾਇਆ ਜਾਵੇ ਪਰ ਹਾਂ ਇਹ ਗੱਲ ਹੈ ਕਿ ਮੈਂ ਰੋਮਾਂਟਿਕ ਗਾਣੇ ਦੇ ਵਿੱਚ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਹਰੀ ਕਾਰਟਿਸਟ ਦੀ ਇੱਕ ਸਪੈਸ਼ਲਟੀ ਹੁੰਦੀ ਹੈ ਇੱਕ ਆਵਾਜ਼ ਉਹ ਹੁੰਦੀ ਹੈ ਕੋਈ ਫੋਕ ਬਹੁਤ ਵਧੀਆ गा ਸਕਦਾ ਕੋਈ ਕਲਾਸਿਕਲ ਬਹੁਤ ਵਧੀਆ गा ਸਕਦਾ ਹੁੰਦਾ ਸੋ ਇੱਕ ਜਨਰ ਹੁੰਦਾ ਮੈਨੂੰ ਲੱਗਦਾ ਕਿ ਰੋਮਾਂਟਿਕ ਮੈਂ ਥੋੜਾ ਜਿਹਾ ਜ਼ਿਆਦਾ ਵਧੀਆ ਕਰ ਲੈਣਾ ਸੋ ਉਹਦੇ ਚ ਕੰਪੋਜੀਸ਼ਨਸ ਬਣਾਉਣੀਆਂ ਉਹ ਸਾਰਾ ਕੰਮ ਲਾਇਰਿਕਸ ਉਹ ਸਾਰਾ ਕੰਮ ਮੈਨੂੰ ਥੋੜਾ ਜਿਹਾ ਜ਼ਿਆਦਾ ਇੰਟਰਸਟ ਲੈ ਕੇ ਕਰਵਾਉਣਾ ਕੀ ਬਾਤ ਹੈ ਜੀ ਮਨਪਰ ਗੱਲ ਕਰਦੇ ਤੁਹਾਡੀ ਐਲਬਮ ਬਾਰੇ ਜੋ ਕਿ ਐਂਡਲੈਸ ਉਸ ਦੇ ਬਾਰੇ ਸਾਨੂੰ ਦੱਸੋ 2012 ਦਸੰਬਰ ਦੇ ਵਿੱਚ ਰਿਲੀਜ਼ ਹੋਈ ਸੀ ਸਪੀਡ ਰੈਕੋਰਡਸ ਵੱਲੋਂ ਤੇ ਤੇ ਟੈਗ ਕਿੰਨਾ ਨੇ ਰੱਖਿਆ ਐਂਡਲੈਸ ਐਂਡਲੈਸ ਮੇਰੀ ਆਪਣੀ میوزਿਕ ਟੀਮ ਨੇ ਹੀ ਰੱਖਿਆ ਸੀ ਜੀ ਸੋ ਇਦਾਂ ਦੇ ਟਾਈਟਲ ਥੋੜੇ ਕ੍ਰੀਏਟਿਵ ਜੇ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਤੇ ਐਂਡਲੈਸ ਨਾਮ ਰੱਖਿਆ ਸੀ ਜਿਹਦਾ ਕੋਈ ਕੋਈ ਅੰਤ ਨਹੀਂ ਬੇਅੰਤ ਥੀ ਰਾਈਟ ਰਾਈਟ ਤੇ ਐਂਡਲੈਸ ਐਲਬਮ ਵਿੱਚ ਕਿੰਨੇ ਗਾਣੇ ਨੇ ਐਂਡਲੈਸ ਦੇ ਵਿੱਚ 8 ਗਾਣੇ ਨੇ ਟੋਟਲ ਓਕੇ ਕਿਹੜੇ ਕਿਹੜੇ ਫਲੇਵਰ ਦੇ ਗਾਣੇ ਨੇ ਜੀ ਉਹਦੇ ਵਿੱਚ ਹਰੇਕ ਜਨਰ ਦਾ ਗਾਣਾ ਆ ਇੱਕ ਦੋ ਸੈਡ ਰੱਖੇ ਹੋਏ ਨੇ ਦੋ ਤਿੰਨ ਰੋਮਾਂਟਿਕ ਨੇ ਤੇ ਚਾਰ ਬੀਟਿੰਗਾਂ ਨੇ ਨੇ ਜੀ ਤੁਹਾਡੀ ਐਲਬਮ ਦੇ 뮤직 ਡਾਇਰੈਕਟਰ ਕੌਣ ਨੇ ਮੋਸਟਲੀ ਇਹ ਰੋਮਾਂਟਿਕ ਗਾਣੇ ਨੇ ਮੇਰੀ ਐਲਬਮ ਦੇ ਵਿੱਚ ਉਹ ਚੰਡੀਗੜ੍ਹ ਤੋਂ ਦੇਸੀ ਰੂਟਸ ਉਹਦੇ ਮੁੰਡੇ ਨੇ ਤੇ ਸੀ ਉਹਨਾਂ ਨੇ ਕੀਤਾ ਤੇ ਥੋੜਾ ਜਿਹਾ ਜਿਹੜੇ ਪੈਪੀ ਗਾਣੇ ਨੇ ਉਹ ਇੰਗਲੈਂਡ ਤੋਂ ਮਨੀ ਸੰਧੂ ਆ ਬਹੁਤ ਫੇਮਸ 뮤직 ਡਾਇਰੈਕਟਰ ਆ ਉਹਦੇ ਤੋਂ ਕਰਵਾਏ ਤੇ ਇੱਕ ਕੈਨੇਡਾ ਤੋਂ ਦਾ ਪ੍ਰੋਫੈਸੀ ਮੁੰਡਾ ਆ ਉਹਦੇ ਤੋਂ ਮੋਸਟਲੀ ਸੈਡ ਗਾਣੇ ਆ ਫੀਲ ਉਹਦਾ ਦਾ ਸੋ ਕਿਹੋ ਜਿਹਾ ਲੱਗਿਆ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਬਹੁਤ ਹੋ ਗਿਆ ਐਕਸਪੀਰੀਅੰਸ ਬਹੁਤ ਯੰਗ ਜੇ ਨੇ ਹੁੰਦੇ ਬਹੁਤ ਕ੍ਰੀਏਟਿਵ राइट राइट सो ਇਦਾਂ ਦੇ ਹਰੇਕ ਬੰਦੇ ਨਾਲ ਕੰਮ ਕਰਕੇ ਮਜ਼ਾ ਆਉਂਦਾ ਜੇ ਜੇ ਮੈਨੂੰ ਖੁਦ ਇੱਛਾ ਆ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਨੇਚਰਲੀ ਉਤਸ਼ਾਹ ਜ਼ਿਆਦਾ ਬਹੁਤ ਹੋਣੀ ਜ਼ਰੂਰੀ ਹੈ ਜੇ ਚਾਹਤ ਹੁੰਦੀ ਹੈ ਨਾ ਪੈਸ਼ਨ ਉਹ ਬਹੁਤ ਜ਼ਰੂਰੀ ਹੈ ਕੰਮ ਨੂੰ ਸਕਸੈਸ ਕਰਨ ਲਈ ਆ ਵੀਡੀਓਜ਼ ਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਡੀ ਐਲਬਮ ਦੇ ਕਿੰਨੇ ਗਾਣਿਆਂ ਦੇ ਵੀਡੀਓਜ਼ ਬਣ ਚੁੱਕੇ ਨੇ ਐਲਬਮ ਦੇ ਦੋ ਗਾਣਿਆਂ ਦੀ ਵੀਡੀਓ ਬਣ ਚੁੱਕੀ ਹੈ ਹੁਣ ਤੀਜੇ ਤੇ ਥੋੜੀ ਦੇਰ ਬਾਅਦ ਕੰਮ ਸ਼ੁਰੂ ਕਰਨ ਲੱਗੇ ਆ ਰਾਈਟ ਤੁਹਾਡਾ ਫੇਵਰਿਟ ਗਾਣਾ ਕਿਹੜਾ ਹੈ ਇਸ ਦੇ ਵਿੱਚ ਤਕਰੀਬਨ ਸਾਰੇ ਫੇਵਰਿਟ ਗਾਣ ਸੋਇਆ ਸੀ ਉਹ ਵੀ ਉਹਦੀ ਵੀਡੀਓ ਬਣਿਆ ਸੀ ਪ੍ਰੋਪਰ ਐਂਡ ਉਹ ਵੀ ਬਹੁਤ ਵਧੀਆ ਕੰਨਾ ਸੀ ਚਲੋ ਉਹ ਗਾਣਾ ਤੁਸੀਂ ਸਾਨੂੰ ਜ਼ਰੂਰ ਸੁਣਾਣਾ ਪਰ ਉਸ ਤੋਂ ਪਹਿਲਾਂ ਇਹ ਦੱਸੋ ਕਿ ਇਹਨਾਂ ਵੀਡੀਓਜ਼ ਦੇ ਡਾਇਰੈਕਟਰ ਕੌਣ ਸੀ ਪ੍ਰਮੋਦ ਸ਼ਰਮਾ ਰਾਣਾ ਜੀ ਉਹਨੇ ਵੀਡੀਓ ਡਾਇਰੈਕਟ ਕੀਤਾ ਸੀ ਜੀ ਰਾਈਟ ਰਾਈਟ ਤੇ ਸਾਨੂੰ ਪਲੀਜ਼ ਉਹ ਗਾਣਾ ਸੁਣਾਓ ਜੋ ਵੀਡੀਓ ਚੱਲ ਰਿਹਾ ਹੈ ਜੀ ਜ਼ਰੂਰ ਜਾਦੋ ਖੁਸ਼ੀ ਹੋਵੇ ਮੈਨੂੰ ਦਿਲ ਉਹਦਾ ਨੱਚ ਉੱਠੇ ਜਦੋਂ ਦੁੱਖ ਹੋਵੇ ਉਹਨੂੰ ਹੰਝੂ ਮੇਰੀ ਅੱਖ ਸੁੱਟੇ ਉਹਦੇ ਸਾਹਾਂ ਨੂੰ ਮੈਂ ਸਾਹਾਂ ਦੀ ਜ਼ੰਜੀਰ ਵਿੱਚ ਬਨਹ ਸਾਰੀ ਜ਼ਿੰਦਗੀ ਦੇ ਵਿੱਚ ਮੇਰੀ ਕੋਈ ਤਮੰਨਾ ਉਹ ਵੀ ਮੈਨੂੰ ਰੱਬ ਮੰਨੇ ਮੈਂ ਵੀ ਉਹਨੂੰ ਰੱਬ ਮੰਨਾ ਕੀ ਬਾਤ ਸਾਰੀ ਜ਼ਿੰਦਗੀ ਦੇ ਵਿੱਚ ਮੇਰੀ ਕੋਈ ਤਮੰਨਾ ਉਹ ਵੀ ਮੈਨੂੰ ਰੱਬ ਮੰਨੇ ਮੇਵੀ ਨੂੰ ਰੱਬ ਮਨਾ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੈਂਟ ਜਿਹਨੂੰ ਆਪਾਂ ਕਹਿੰਦੇ ਆ ਨਜ਼ਾਰਾ ਆ ਗਿਆ ਸੁਣ ਕੇ ਪ੍ਰਪਾ ਜੀ ਹੋਰ ਬਹੁਤ ਸਾਰੀਆਂ ਆਪਾਂ ਗੱਲਾਂ ਕਰਾਂਗੇ ਤੁਹਾਡੇ ਬਾਰੇ ਤੁਹਾਡੀ ਲਾਈਫ ਦੇ ਬਾਰੇ ਪਰ ਵੇਲਾ ਹੋ ਗਿਆ ਜੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੁਹਾਡਾ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਸਟ ਲੁੱਕ ਦੇ ਵਿੱਚ ਗੱਲਬਾਤ ਕਰ ਰਹੇ ਆ ਪ੍ਰਪ ਗਿਲ ਜੀ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਗਾਣੇ ਸੁਣ ਕੇ ਥੈਂਕ ਯੂ ਜੀ ਪ੍ਰਭ ਗਿਲਜੀ ਤੁਹਾਡੇ ਕਰੀਅਰ ਦੇ ਬਾਰੇ ਜਾਂ ਤੁਹਾਡੀ ਜਰਨੀ ਦੇ ਬਾਰੇ ਗੱਲ ਕਰੀਏ ਤੇ ਕਿੰਨੀ ਕਿ ਮੁਸ਼ਕਿਲਾਂ ਆਈਆਂ ਜਾਂ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਇਸ ਮੁਸ਼ਕਿਲਾਂ ਦੇ ਵਿੱਚ ਤੁਹਾਨੂੰ ਕੱਢਿਆ ਮੁਸ਼ਕਿਲ ਟੱਚਵੁੱਡ ਕੋਈ ਵੀ ਨਹੀਂ ਆਈ ਬਿਕਾਜ਼ ਡੈਡ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟ ਸੀ ਇੰਡਸਟਰੀ ਜਿੰਨਾ ਵੀ ਕਿਉਂਕਿ ਪਹਿਲਾਂ YouTube ਤੇ ਕੰਮ ਕਰਦਾ ਸੀ ਮੈਂ ਉਹਦੇ ਕਰਕੇ ਇੰਡਸਟਰੀ ਚ ਆਲਰੇਡੀ ਪਤਾ ਲੱਗ ਗਿਆ ਸੀ ਕਿ ਹਾਂ ਕੋਈ ਪ੍ਰੋਬਗਲ ਨਾਮ ਦਾ ਸਿੰਗਰ ਹੈ। ਵਾਹ ਜੀ ਵਾਹ। ਕੰਪਨੀ ਵੱਲੋਂ ਬਹੁਤ ਵਧੀਆ ਸਪੋਰਟ ਰਹੀ ਓਕੇ ਤੇ ਸਾਰਿਆਂ ਨੇ ਬਹੁਤ ਸਾਥ ਦਿੱਤਾ। ਬਹੁਤ ਮਜ਼ਾ ਆਉਂਦਾ ਕੰਮ ਕਰਕੇ। ਤੇ ਉਹ ਕਿਹੜੇ ਲੋਕ ਨੇ ਜਿਨ੍ਹਾਂ ਦਾ ਤੁਸੀਂ ਨਾਮ ਲੈਣਾ ਚਾਹੋਗੇ ਜਾਂ ਜਿਨ੍ਹਾਂ ਨੇ ਤੁਹਾਡਾ ਬਹੁਤ ਸਾਥ ਦਿੱਤਾ ਜਿਨ੍ਹਾਂ ਨੂੰ ਤੁਸੀਂ ਕ੍ਰੈਡਿਟ ਦੇਣਾ ਚਾਹੋਗੇ ਆਪਣੀ ਸਕਸੈਸ ਦਾ। ਵਾਈ ਗੁਰੂ ਜੀ ਦਾ ਫੈਮਿਲੀ ਦਾ ਜਿੰਨੇ ਵੀ ਸਪੋਰਟਰਸ ਨੇ ਮੈਨੂੰ ਸਪੋਰਟ ਕਰਦੇ ਨੇ Facebook ਤੇ ਸਾਰੇ ਕਿਤੇ ਉਹਨਾਂ ਦਾ ਸਪੈਸ਼ਲੀ ਮੇਰੇ ਦੋ ਤਿੰਨ ਭਰਾ ਜਿਹੜੇ ਇੰਡਸਟਰੀ ਦੇ ਵਿੱਚ ਨੇ ਜਸਸੀ ਗਿੱਲ ਬਾਈ ਬੱਬਲ ਰਾਏ ਯੋਗਰਾਜ ਹੰਸ ਉਹਨਾਂ ਨੇ ਮਤਲਬ ਆਲਵੇਜ਼ ਮੈਨੂੰ ਛੋਟਿਆਂ ਭਰਾਵਾਂ ਵਾਂਗੂ ਰੱਖਿਆ ਤੇ ਮਤਲਬ ਸਭ ਤੋਂ ਵਧੀਆ ਗੱਲ ਕਿ ਉਹ ਚੰਗੀ ਮਾੜੀ ਚੀਜ਼ ਨੂੰ ਟੋਕਦੇ ਨੇ ਜੇ ਕੋਈ ਮੈਂ ਹਰੇਕ ਗਾਣਾ ਹਰੇਕ ਕੰਪੋਜੀਸ਼ਨ ਸਭ ਕੁਝ ਜਸਸੀ ਨਾਲ ਬੱਬਲ ਨਾਲ ਸ਼ੇਅਰ ਕਰਦਾ ਰਹਿਣਾ ਸੋ ਉਹ ਮਤਲਬ ਕੋਈ ਉਹਨਾਂ ਦੇ ਦਿਮਾਗ 'ਚ ਕੋਈ ਉਹਦਾਂ ਦੀ ਗੱਲ ਨਹੀਂ ਆਉਂਦੀ ਇਹ ਵਧੀਆ ਹੈ ਮਾੜਾ ਹੈ ਉਹਨਾਂ ਨੇ ਸਾਫ਼-ਸਾਫ਼ ਦੱਸ ਕੇ ਜੇ ਕੋਈ ਮਾੜੀ ਚੀਜ਼ ਆ ਉਹਨੂੰ ਸਾਫ਼ ਉਹਨਾਂ ਨੇ ਦੱਸ ਦੇਣਾ ਹੁੰਦਾ ਕਿ ਨਹੀਂ ਇਹ ਚੀਜ਼ ਤੇਰੇ ਕਰਵਾ ਬੱਲੇ ਇਹ ਤੁਸੀਂ ਗਲਤ ਸਾਨੂੰ ਦੱਸੀ ਹੈ ਬੜੇ ਸਾਰੇ ਲੋਕ ਇਹ ਮਤਲਬ ਸੋਚਦੇ ਨੇ ਇੱਕ ਧਾਰਨਾ ਜੀ ਬਣੀ ਵੀ ਹੈ ਕਿ ਇਹ ਇਹ ਆਪਸ ਦੇ ਵਿੱਚ ਜੈਲਸ ਫੀਲਿੰਗ ਕਰਦੇ ਨੇ ਜਾਂ ਫਿਰ ਉਹ ਪਰੋ ਪਰੋ ਹੀ ਵਾਸ ਕਰਦੇ ਨੇ ਮੇਰਾ ਭਰਾ ਇਹ ਹੈ ਹੁਣ ਤੁਸੀਂ ਦੱਸੋ ਕਿ ਕਿੰਨੇ ਕਿ ਸੱਚੀ ਗੱਲ ਹੈ ਇਹ ਤੁਹਾਡਾ ਆਪਸ ਦੇ ਵਿੱਚ ਕਿੰਨਾ ਕਿ ਪਿਆਰ ਹੈ ਕਿਉਂਕਿ ਤੁਸੀਂ ਅੱਜ ਦੀ ਡੇਟ ਦੇ ਵਿੱਚ ਸਾਰੇ ਸਿੰਗਰ ਇੱਕ ਸਾਈਮਲਟੇਨੀਅਸਲੀ ਵੱਧ ਰਹੇ ਹੋ ਅੱਗੇ ਬਿਲਕੁਲ ਕਿੰਨਾ ਕਹਤੇ ਉਹ ਚੀਜ਼ ਆ ਜਾਂਦੀ ਹੈ ਕਿ ਇਹ ਅੱਗੇ ਨਾਲ ਚਲੇ ਜਾਵੇ ਜਾਂ ਇਹ ਅੱਗੇ ਨਾਲ ਚਲੇ ਜਾਵੇ ਜਾਂ ਇਹ ਅੱਗੇ ਨਾਲ ਚਲੇ ਜਾਵੇ ਇਹ ਸਾਨੂੰ ਦੱਸੋ ਕਿੰਨੇ ਕੁ ਲੋਕੀ ਸਹੀ ਨੇ ਜਾਂ ਕਿੰਨੇ ਕੁ ਲੋਕੀ ਗਲਤ ਨੇ ਇਸ ਚੀਜ਼ ਦੇ ਵਿੱਚ ਤੁਸੀਂ ਸੋਚਦੇ ਨੇ ਤੁਹਾਡੀ ਗੱਲ ਧਾਰਨਾ ਬਣੀ ਹੋਈ ਆ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰੇਕ ਬੰਦਾ ਉਦਾਂ ਦਾ ਹੋਵੇ ਸਪੈਸ਼ਲੀ ਸਾਡੇ ਦੋਨਾਂ ਤਿੰਨਾਂ ਦੇ ਮਾਮਲੇ ਚ ਦਾ ਇਦਾਂ ਆ ਕਿ ਅਸੀਂ ਤਾਂ ਮਤਲਬ ਅਗਲੇ ਨੂੰ ਪਿੱਛੇ ਕਰਕੇ ਆਪ ਅੱਗੇ ਹੋਣ ਲਈ ਤਿਆਰ ਹੋਣ ਵਾਲੇ ਆ ਹਨ ਸੋ तकरीबन ਜ਼ਿਆਦਾ ਇਕੱਠੇ ਹੀ ਰਹੀਦਾ ਤੇ ਹੈਲਪ ਕਰੀ ਦੀਆ ਜ਼ਿਆਦਾ ਸਪੋਰਟ ਕਰੀ ਦੀਆ ਜੈਲਸੀ ਫੈਕਟਰ ਵਾਲੀ ਤਾਂ ਕਿਤੇ ਦਿਮਾਗ 'ਚ ਵੀ ਕਦੀ ਗੱਲ ਨਹੀਂ ਆਈ ਸੋ ਦੁਆਵਾਂ ਕਰੀ ਦੀਆਂ ਨੇ ਭਰਾਵਾਂ ਲਈ ਕੇ ਜਿਉਂਦੇ ਰਸਤੇ ਦੇ ਰਹੇ ਤਰੱਕੀਆਂ ਕਰਨ ਜਿਆ ਬਾਤ ਹੈ ਜੀ ਕਹਿੰਦੇ ਨੇ ਨਾ ਕਿ ਜੇ ਤੁਹਾਡਾ ਮਨ ਸੱਚਾ ਹੋਵੇ ਤਾਂ ਪਰਮਾਤਮਾ ਆਪਣੇ ਵੀ ਤੁਹਾਨੂੰ ਸਭ ਕੁਝ ਦੇ ਦਿੰਦਾ ਹੈ ਬਿਲਕੁਲ ਤੇ ਉਹ ਚੀਜ਼ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਹੈ ਅਪਰਾਪਾ ਜੀ ਇਸ ਦੇ ਨਾਲ ਨਾਲ ਤੁਹਾਡੇ ਕੀ ਸ਼ੌਂਕ ਨੇ ਸਿੰਗਿੰਗ ਦੇ ਨਾਲ ਨਾਲ ਸਿੰਗਿੰਗ ਮੇਰਾ ਸਭ ਤੋਂ ਜ਼ਿਆਦਾ ਵਧੀਆ ਤੇ ਸਭ ਤੋਂ ਜ਼ਿਆਦਾ ਵੱਡਾ ਸ਼ੌਕ ਹੈ ਅੱਛਾ ਜੀ ਸੋ ਸ਼ੌਂਕ ਨਾਲ ਹੌਲੀ ਹੌਲੀ ਇੱਥੇ ਤੱਕ ਪਹੁੰਚ ਗਏ ਆ ਰਾਈਟ ਸੋ ਅੱਗੇ ਦੇਖਦੇ ਆ ਕਿੱਥੇ ਤੱਕ ਜਾਂਦੇ ਇਹੋ ਜੀ ਚੀਜ਼ ਹੈ ਜੋ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਸਕੂਲ ਟਾਈਮ ਦੀਆਂ ਜਾਂ ਕਾਲਜ ਟਾਈਮ ਦੀਆਂ ਜਦੋਂ ਤੁਹਾਨੂੰ ਡੰਡੇ ਰੁੰਡੇ ਪੈਂਦੇ ਹੋਣ ਜਾਂ ਕਦੀ ਕੁੱਟਖਾਦੀ ਹੋਵੇ ਟੀਚਰ ਤੋਂ ਇਹੋ ਜੀ ਗੱਲ ਜਦੋਂ ਮੇਰੀ ਕਲਾਸ ਦੇ ਵਿੱਚ ਪਤਾ ਲੱਗਾ ਸੀ ਮੇਰੇ ਨਾਲ ਦੇ ਦੋਸਤਾਂ ਮਿੱਤਰਾਂ ਨੂੰ ਕਿ ਮੇਰੀ ਆਵਾਜ਼ ਅੱਛੀ ਹੈ ਸੋ ਮੈਨੂੰ ਯਾਦ ਆ ਕਿ ਪੇਪਰ ਦੇਣ ਲਈ ਅਲੱਗ-ਅਲੱਗ ਡੈਸਕਾਂ 'ਤੇ ਬਿਠਾਤਾ ਜਾਂਦਾ ਸੀ ਬਿਲਕੁਲ ਜੀ ਤਾਂ ਉੱਥੇ ਮੇਰੇ ਨਾਲ ਇੱਕ ਮੇਰਾ ਦੋਸਤ ਹੁੰਦਾ ਸੀ ਉਹ ਮੈਨੂੰ ਹਮੇਸ਼ਾ ਕਹਿੰਦਾ ਉਹ ਏ ਪੇਪ ਕੁਝ ਗਾਣਾ ਹੀ ਸੁਣਾ ਦੇ ਯਾਰ ਵਧੀਆ ਕੋਈ ਸੁਣ ਕੇ ਆਇਆ ਅੱਜ ਕੋਈ ਨਵਾਂ ਗਾਣਾ ਸੋ ਬੜੀ ਇੰਟਰਸਟਿੰਗ ਜੀ ਫੀਲ ਹੁੰਦੀ ਸੀ ਕਿ ਜਦੋਂ ਸਰ ਕੋਲ ਆਉਂਦੇ ਹੁੰਦੇ ਸੀ ਉਦੋਂ ਜਮਾਈ ਚੁੱਪ ਕਰ ਜਾਣਾ ਵੀ ਜਿਵੇਂ ਬਹੁਤ ਲਿਖ ਰਹੇ ਹੁੰਦੇ ਆ ਜਦੋਂ ਉਹਨਾਂ ਨੇ ਥੋੜਾ ਜਿਆਦਾ ਦੂਰ ਜਾਣਾ ਨਾਲ ਹੀ ਗਾਣਾ ਗਾ ਲੈ ਜਣ ਗਲੀਆਂ ਲਾਉਣ ਲੱਗ ਜਾਣ ਬਹੁਤ ਵਧੀਆ ਮਜ਼ਾ ਆਉਂਦਾ ਹੁੰਦਾ ਸੀ ਵਾਹ ਜੀ ਵਾਹ ਪਰ ਪਤਾ ਨਹੀਂ ਸੀ ਕਿ ਇੱਥੇ ਤੱਕ ਆ ਜਾਵਾਂਗੇ ਉਮੀਦ ਤਾਂ ਬਿਲਕੁਲ ਵੀ ਨਹੀਂ ਸੀ ਪਰ ਚਲੋ ਜਾਂਦੇ ਜਾਂਦੇ ਤੁਸੀਂ ਸਾਡੇ ਵਿਊਅਰਸ ਨੂੰ ਕੀ ਕਹਿਣਾ ਚਾਹੋਗੇ ਵਿਊਅਰਸ ਨੂੰ ਬਹੁਤ ਸਾਰਾ ਪਿਆਰ ਬਹੁਤ ਸਾਰੀ ਰਿਸਪੈਕਟ ਤੁਹਾਡੀਆਂ ਦੁਆਵਾਂ ਨਾਲ ਤੁਹਾਡੀ ਤੁਹਾਡੇ ਸੁਣਨ ਨਾਲ ਤੁਹਾਡੀ ਸਪੋਰਟ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ ਵਧੀਆ-ਵਧੀਆ ਮਿਊਜ਼ਿਕ ਸੁਣੋ ਵਧੀਆ-ਵਧੀਆ ਮਿਊਜ਼ਿਕ ਨੂੰ ਸਪੋਰਟ ਕਰੋ ਬਸ ਇਹੀ ਕੁਝ ਕਹਿਣਾ ਚਾਹੂੰਗਾ ਜੀ ਤੇ ਤੁਹਾਡੇ ਫਿਊਚਰ ਪਲਾਨਸ ਦੇ ਬਾਰੇ ਗੱਲ ਕਰੀਏ ਫਿਊਚਰ ਪਲਾਨਸ ਭਾਜੀ ਮੇਰਾ ਡ੍ਰੀਮ ਹੈਗਾ ਯਾ ਬਾਲੀਵੁੱਡ ਮੂਵੀਜ਼ ਦੇ ਵਿੱਚ ਗਾਣਾ ਐਜ਼ ਅ ਬੈਕਗ੍ਰਾਉਂਡ ਸਿੰਗਰ ਪਤਾ ਨਹੀਂ ਕਦੋਂ ਪੂਰਾ ਹੋਊਗਾ ਕੋਸ਼ਿਸ਼ ਕਰ ਰਹੇ ਹਾਂ ਪਰ ਪੰਜਾਬੀ ਮੂਵੀਜ਼ ਦੇ ਵਿੱਚ ਅੱਗੇ ਕੁਝ ਗਾਣੇ ਮੇਰੇ ਆ ਰਹੇ ਨੇ ਐਜ਼ ਅ ਐਕਟਰ ਨਹੀਂ ਭਾਜੀ ਐਜ਼ ਐਨ ਐਕਟਰ ਮੇਰਾ ਕੋਈ ਪਲਾਨ ਨਹੀਂ ਜਿਹੜਾ ਕੰਮ ਬਾਬਾ ਜੀ ਨੇ ਦਿੱਤਾ ਇੱਕੋ ਹੀ ਕਰ ਲਿਆ ਚੰਗੀ ਤਰ੍ਹਾਂ ਬਿਲਕੁਲ ਜੀ ਪ੍ਰਭ ਗਿਲ ਜੀ ਬਹੁਤ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇੱਕ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਗੱਲਾਂ ਸਾਂਝੀਆਂ ਕਰਕੇ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਜੋ ਤੁਹਾਡਾ ਸੁਪਨਾ ਹੈ ਬਾਲੀਵੁੱਡ ਦੇ ਵਿੱਚ ਗਾਉਣ ਦਾ ਉਹ ਜ਼ਰੂਰ ਪੂਰਾ ਹੋਵੇ ਇਸਦੇ ਲਈ ਪੀਟੀਸੀ ਨੈਟਵਰਕ ਤੁਹਾਨੂੰ 100 ਸਾਰੀਆਂ ਵਿਸ਼ੇਸ਼ ਦੇਣਾ ਚਾਹੇ ਥੈਂਕ ਯੂ ਪਾਜੀ ਥੈਂਕ ਯੂ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਜ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਥੈਂਕ ਯੂ ਸਰ ਦੋਸਤੋ ਐਸੀ ਸਾਡੀ ਬਹੁਤ ਗਬਰੂ ਜਵਾਨ ਮੁੰਡੇ ਪ੍ਰਭ ਗਿਲ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਉਬਰ ਦੇ ਸਿਤਾਰੇ ਦੇ ਨਾਲ ਤਦ ਤੱਕ ਆਪਣੇ ਸਾਹਿਲ ਦੀ ਇਜਾਜ਼ਤ ਸਸਰੇ ਗਾਲ ਜੀ